ਸਤਿ ਸ਼੍ਰੀ ਅਕਾਲ ਜੀ, ਹੋਰ ਕੀ ਹਾਲ ਚਾਲ? ਆਈ ਹੋਪ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਅੱਜ ਦੀ ਜਿਸ ਵੀਡੀਓ 'ਤੇ ਰਿਐਕਸ਼ਨ ਕਰਨ ਜਾ ਰਹੇ ਹਾਂ, ਉਹ ਹੈ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦਾ ਨਿਊ ਸੌਂਗ ਅਸ਼ਕੇ, ਜਿਸ ਨੂੰ ਗਾਇਆ ਹੈ ਗਿੱਪੀ ਗਰੇਵਾਲ ਨੇ, ਲਿਖਿਆ ਅਤੇ ਕੰਪੋਜ਼ ਕੀਤਾ ਹੈ ਰਾਇਕੋਟੀ ਨੇ। ਸੋ ਬਿਨਾਂ ਟਾਈਮ ਖਰਾਬ ਕੀਤੇ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਜਾਣਦਾ ਜਾਓ ਸੀਨੇ ਵਿੱਚ ਲਹਿਰ ਜੱਟ ਦੇ ਅਸ਼ਕੇ ਛੰਦਿਆ ਅਸ਼ਕੇ, ਹੁਣ ਉਮਰ ਦੀ ਜਮਾਤ ਕੋਈ ਕੰਮ ਨੀ ਆਏ ਸੁਰਗਾ ਚ ਪੈਰ ਜੱਟ ਦੇ। ਗੱਲ ਲਿਖ ਕੇ ਮੈਂ ਦਿਨਾਂ ਨਹੀਂ ਹੋ ਲੱਭਣੀ ਮੌਜੇ ਪੰਜਾਬ ਵਰਗੀ, ਬਹੁਤ ਸਹੀ। ਸੋ ਦੇਖਦੇ ਅੱਗੇ ਪੰਜਾਬੀ ਖਿੱਚ ਪੰਜਾਬੀ, ਹਾਂ ਗੱਲ ਲਿਖ ਕੇ ਦਿਨਾਂ ਮੈਂ ਨਹੀਂ ਹੋ ਲੱਭਣੀ ਮੌਜੇ ਪੰਜਾਬ ਵਰਗੀ। ਹੋ ਜਿੰਦਰੇ ਹਲ ਸੁਹਾਗੇ ਕਈਆਂ ਜੱਟ ਨੇ ਕਿਸਮਤ ਵਿੱਚ ਲਿਖ ਲਈਆਂ, ਮਸਤੀ ਬਸ ਮਸਤੀ ਟੈਨਸ਼ਨਾਂ ਕਿਸੇ ਦੇ ਵਿੱਚ ਪਈਆਂ, ਜਿਵੇਂ ਚੰਡੀਗੜ੍ਹ ਕਰ ਹੁੰਦਾ ਏ ਸੈਕਟਰਾਂ ਉੱਤੇ, ਹਾਏ ਚੰਡੀਗੜ੍ਹ ਕਰ ਹੁੰਦਾ ਏ ਸੈਕਟਰਾਂ ਉੱਤੇ, ਉਵੇਂ ਪੁੱਤਾਂ ਜਿੰਨਾ ਮਹਾਨ ਜੱਟ ਕਰਦੇ ਓਏ ਕਰਦੇ ਟਰੈਕਟਰਾਂ ਉੱਤੇ, ਪੁੱਤਾਂ ਜਿੰਨਾ ਮਹਾਨ ਜੱਟ ਕਰਦੇ ਓਏ ਕਰਦੇ ਟਰੈਕਟਰਾਂ ਉੱਤੇ। ਸੋ ਇਹ ਸੀ ਅਸ਼ਕੇ ਸੌਂਗ ਗਿੱਪੀ ਗਰੇਵਾਲ ਦਾ, ਬਹੁਤ ਵਧੀਆ ਲਿਖਿਆ ਗਿਆ, ਬਹੁਤ ਵਧੀਆ ਗਾਇਆ ਗਿਆ। ਲਾਸਟ ਉਹ ਪੈਰਾ ਬੜਾ ਵਧੀਆ ਲੱਗਾ, ਲਾਸਟ ਪੈਰਾ ਜਿਸ ਵਿੱਚ ਕਿਹਾ ਮੋਹ ਛੱਡਿਆ ਨਹੀਂ ਜਾਂਦਾ ਚੰਦਰੀ ਦੁਨੀਆ ਦਾ, ਗੱਲ ਤਾਂ ਸੱਚੀ ਹੈ। ਸੋਣਾ ਜਾਣਾ ਲੱਗਾ ਰਹਿੰਦਾ ਹੈ। ਤੁਹਾਨੂੰ ਇਹ ਸੌਂਗ ਕਿਸ ਤਰ੍ਹਾਂ ਦਾ ਲੱਗਿਆ ਕਮੈਂਟਾਂ ਵਿੱਚ ਜ਼ਰੂਰ ਦੱਸਿਓ, ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਅਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ। ਧੰਨਵਾਦ।